Come on.
सत्य भगत राम की पार। जाते भगत राम की पार। जम को त्रास है कौन उपाय करे, अब मैं कहाँ करूँ माई।
बीत जाए, क्योंकि मनुख दे नाल अब हमेशा रहता है। एक बीता समा अब नहीं होता, उन्हें कभी कोई अब नहीं कहता। आने वाला समा भी अब नहीं होता, अब वर्तमान नू कहते हैं। बाबा कबीर जी की एक लाइन अक्सर समझ करना, कह कबीर अब जाने, जब जाने तो मन अब अर्थ है वर्तमान, हूँ जेड़ा मेरे कोल है, जेड़ा मेरे सामने है, जेड़ा बीत चुका वो तो केवल पछतावा ही है, लंघ गया हूँ, तू कुछ नहीं उनके विच चेंज कर सकना। तेरे हाथों निकल जा चुका है बाबा कबीर जी दर्शन से, पर आज वाला शब्द नौवें पातशाह गुरु तेग बहादुर पातशाह जी का है। इनके विच भी आप लफज वरते हैं, समा बीत गया है, जेड़ा लंघ गया है उनका मैं कुछ नहीं सवार सकता, कुछ नहीं बदल सकता। सगल जन्म बिखर सो खोयो, अब मैं कहां करूंगी माई। जेड़ा जन्म बीत गया ते जहर दा वंजारा बन के, जहर दा व्यापारी बन के बिता लिया, उनके विच की तब्दीली आ सकती है? कुछ नहीं, कुछ नहीं, मैं कुछ नहीं कर सकता। मैनू दस मैं हूं की करा, अब जिहड़ा मेरे को मैं हूं की करा। ऐस सवाल दे दुआले सारा शब्द है, ते मैं चाहना थोड़ा जिहा विचार दें। कोई उपाय करना, कोई साधन बनाना, कोई वसीला अख्तियार करना के लगे। पहलिया दो लाइन सवाल ने, बड़ा खूबसूरत सवाल ने, तुम समझना। मनुख प्राणी इस वेले की करे, प्राणी कौन उपाय करे, क्यों मैनू वो वसीला दस जाते भगत राम की पावे। ये प्राणी राम दी प्रभु दी भगती प्राप्त करे, ये चीज़ हूं तक मैं गवा रहा। जाते भगत राम की पावे, जम को त्रास हरे, मौत दा डर खत्म हो जाए। क्योंकि जिन्ना समा बीतया जिंदगी दा जीवन भोग रहा, जीवन दी गोद विच बैठा, मौत तो डर रहा जिहड़ी अजे आई नहीं। जीवन मिलिया होया, जीवन दी गोद विच बैठा पर मौत तो डर रहा,
ਕਹਿਣ ਲੱਗੇ ਮੈਨੂੰ ਉਹ ਉਪਾਅ ਉਹ ਵਸੀਲਾ ਦੱਸ ਕੇ ਮੌਤ ਦਾ ਡਰ ਹੀ ਖਤਮ ਹੋ ਗਿਆ। ਜਦੇ ਭਗਤ ਰਾਮ ਕੀ ਪਾਵੇ ਜਨ ਕੋ ਤ੍ਰਾਸ ਹੈ। ਲਫ਼ਜ਼ ਮੌਤ ਦਾ ਇੱਥੇ ਜਮ ਰੂਪ ਵਿੱਚ ਕਿਉਂ ਵਰਤਿਆ ਨੇ, ਕਿਉਂਕਿ ਮੌਤ ਤੋਂ ਡਰ ਜਿਹੜਾ ਹੈ ਉਹ ਜਮ ਸ਼ਬਦ ਥੱਲੇ ਹੀ ਹੈ। ਜਦੋਂ ਉਸਨੂੰ ਪਤਾ ਹੋਵੇ ਮੌਤ ਇੱਕ ਸਜ਼ਾ ਨਹੀਂ, ਮੌਤ ਤੇ ਜਿਹਦੇ ਕੋਲ ਵਿਛੜਿਆ ਉਹਨੂੰ ਮਿਲਣ ਦਾ ਇੱਕ ਦਰਵਾਜ਼ਾ, ਕਿਉਂਕਿ ਇਹਨਾਂ ਪੰਜਾਂ ਤੱਤਾਂ ਨੇ ਉਹਦੇ ਤੋਂ ਹੀ ਤਾਂ ਦੂਰ ਕੀਤਾ ਹੋਇਆ। ਮੰਦਰ ਏਕ ਦੁਆਰ ਦਸ ਜੰਕੇ ਗਊ ਚਰਾਵਨ ਛਾਡੀਏ ਲੈ ਪਾਂਚ ਕੋਸ ਪਰ ਗਊ ਚਰਾਵਤ ਚੀਤ ਸੋ ਬਛੜਾ ਨਾ ਪੀ। ਇਸ ਪੰਜ ਕੋ ਤੇ ਪੰਜ ਤੱਤਾਂ ਦੀ ਦੇਹ ਕਰਕੇ ਉਹਦੇ ਤੋਂ ਵਿਛੜਿਆ ਹੋਇਆ। ਜਿਸ ਦਿਨ ਇਸ ਦੇਹ ਨੂੰ ਛੱਡਾਂਗਾ ਮੁੜ ਜੋਤ ਵਿੱਚ ਜੋਤ ਸਮਾ ਜਾਏਗੀ, ਵਿਛੜਿਆ ਹੋਇਆ ਮਿਲ ਜਾਵਾਂਗਾ। ਉਹ ਤੇ ਇੱਕ ਮਿਲਣ ਦਾ ਦਰਵਾਜ਼ਾ ਹੈ ਜਿਹਨੂੰ ਲੋਕ ਮੌਤ ਸਮਝਦੇ ਨੇ। ਕਿੰਨੇ ਗੰਭੀਰ ਗਏ ਨੇ, ਮੈਂ ਇਹਨੂੰ ਜਾਣ ਤਾਂ ਆਖਿਆ ਜਿਹੜੇ ਲੋਕ ਮੌਤ ਤੋਂ ਡਰਦੇ ਨੇ ਉਹ ਡਰ ਖਤਮ ਕਰਦੇ, ਮੌਤ ਮੇਰੇ ਲਈ ਮਿਲਾਪ ਬਣ ਜਾਏ। ਬਾਬਾ ਕਬੀਰ ਵੀ ਆਖੇ ਨਾ, ਕਬੀਰ ਜਾਦਨ ਹੋ ਹੁਆ ਪਾਛੇ ਭਇਆ ਆਨੰਦ ਮੋਹ ਮਿਲਿਓ ਪ੍ਰਭ ਆਪਣਾ ਸੰਗੀ ਭਜੇ ਗੋਬਿੰਦ। ਉੱਥੇ ਤਾਂ ਚਾਹ ਬਣ ਗਿਆ, ਜਿਸ ਦਿਨ ਕੋਈ ਮਰਦਾ ਸੋਗ ਹੁੰਦਾ, ਜਿਸ ਦਿਨ ਕੋਈ ਮਰਦਾ ਉਸ ਦਿਨ ਰੋਣੇ ਹੁੰਦੇ ਨੇ। ਬਾਬਾ ਕਬੀਰ ਨੇ ਕਿਹੜੀ ਗਜ਼ਬ ਦੀ ਗੱਲ ਆਖ ਦਿੱਤੀ, ਕਹਿਣ ਲੱਗੇ ਜਾ ਦਿਨ ਹਮ ਹੋਊਗਾ ਪਾਛੇ ਭਇਆ ਆਨੰਦ। ਕਿਉਂ? ਕਿਉਂਕਿ ਮੋਹ ਮਿਲਿਓ ਪ੍ਰਭ ਆਪਣਾ। ਇਹ ਦੀਵਾਰ ਟੁੱਟ ਗਈ ਪੰਜਾਂ ਤੱਤਾਂ ਦੀ ਰਸਤੇ ਚੋਂ, ਇਹ ਦਰਵਾਜ਼ਾ ਖੁੱਲ ਗਿਆ। ਹੁਣ ਉਹ ਜਮਾਂ ਵਾਲੀ ਗੱਲ ਤਾਂ ਖਤਮ ਹੋ ਗਈ ਨਾ। ਜਿਹਨੇ ਇਸ ਮੌਤ ਦਾ ਡਰ ਪੈਦਾ ਕਰ ਦਿੱਤਾ ਸੀ ਤੇ ਕਹਿਣ ਲੱਗੇ ਇਸੇ ਲਈ ਮੈਂ ਮੌਤ ਨੂੰ ਜਿਹੜੇ ਜਨ ਦੇ ਲਫ਼ਜ਼ ਨਾਲ ਕਹਿੰਦੇ ਨੇ ਉੱਥੇ ਕਹਿਣਾ ਉਹ ਮੇਰਾ ਮਿਟਾ ਦੇ। ਵਿਦਿਆ ਇਹ ਸਾਰਾ ਕੁਝ ਕਰ ਰਿਹਾ ਹੈ, ਕੁਛ ਇੱਥੋਂ ਦੇ ਡਰ ਤੇ ਕੁਝ ਅਗਲੇ ਡਰ ਤੇ, ਕਿਉਂਕਿ ਮਨੁੱਖ ਦੇ ਦੁਆਲੇ ਮਨੁੱਖ ਨੇ ਹੀ ਕਰਮ ਕਾਂਡੀ ਮਨੁੱਖ ਨੇ ਹੀ ਇੰਨੇ ਡਰ ਖਤਮ ਖੜੇ ਕਰ ਦਿੱਤੇ ਨੇ ਕਿ ਇੱਥੇ ਜਿਉਂਦਾ ਵੀ ਡਰੀ ਜਾਂਦਾ ਤੇ ਮੌਤ ਤੋਂ ਬਾਅਦ ਕਿਹੜੀ ਸਜ਼ਾ ਮਿਲਣੀ ਹੈ ਉਹਦੇ ਤੋਂ ਵੀ ਡਰੀ ਜਾਂਦਾ ਹੈ। ਇੱਥੇ ਵੀ ਬੜੇ ਡਰ ਨੇ, ਦੁਸ਼ਮਣ ਦਾ ਡਰ ਹੈ, ਬਿਮਾਰੀਆਂ ਦਾ ਡਰ ਹੈ, ਇੱਥੇ ਵੀ ਡਰ ਹੀ ਡਰ ਹੈ। ਤਾਂ ਕਿਹੜੀ ਅਜੀਬ ਗੱਲ ਹੈ, ਇੱਥੇ ਤੇ ਡਰਨਾ ਸੀ ਹੁਣ ਮਰਨ ਜਿਹੜਾ ਜੋ ਦੇਖਿਆ ਹੀ ਨਹੀਂ ਉਹਦੇ ਤੋਂ ਬਾਅਦ ਉਹਦੇ ਤੋਂ ਵੀ ਡਰੀ ਜਾਂਦਾ। ਇਸ ਲਈ ਮੈਨੂੰ ਕੋਈ ਉਪਾਅ ਦੱਸ। ਮਨੁੱਖ ਜਿੰਨੇ ਕਰਮ ਕਰ ਰਿਹਾ ਉਹ ਸਾਰੇ ਕਰਮ ਵੀ ਤੇ ਦੂਜੇ ਲਫ਼ਜ਼ਾਂ ਵਿੱਚ ਧਰਮ ਵੀ ਸਾਰੇ ਡਰ ਨੂੰ ਮਿਟਾਉਣ ਲਈ ਕਰ ਰਹੇ। ਕਰਮ ਜਿੰਨੇ ਕਰ ਰਿਹਾ ਸੰਸਾਰ ਦੇ ਉਹਦੇ ਪਿੱਛੇ ਵੀ ਡਰ ਨੂੰ ਮਿਟਾਉਣ ਦੇ ਰਹੇ। ਇਹ ਘਰ ਬਣਾਈ ਇਹਦੀਆਂ ਬੁਨਿਆਦਾਂ ਵਿੱਚ ਕੰਕਰੀਟ ਪਾਈ ਕਿਤੇ ਕਿਸੇ ਭੁਚਾਲ ਨਾਲ ਡਿੱਗ ਨਾ ਪਵੇ। ਮੈਨੂੰ ਤਾਰ ਉਹ ਲੈ ਕੇ ਦੇਈ ਜਿਸਦਾ ਬੰਪਰ ਬੜਾ ਮਜ਼ਬੂਤ ਹੋਵੇ, ਕਿਸੇ ਐਕਸੀਡੈਂਟ ਨਾਲ ਮੇਰੀ ਮੌਤ ਨਾ ਹੋ ਜਾਏ, ਮੈਂ ਜ਼ਖਮੀ ਨਾ ਹੋ ਜਾ। ਮੈਨੂੰ ਖੁਰਾਕ ਛਕਣ ਲਈ ਉਹ ਦੇਈ ਜਿਹਦੇ ਵਿੱਚ ਕੋਈ ਮਿਲਾਵਟ ਨਾ ਹੋਵੇ, ਕਿਤੇ ਬਿਮਾਰ ਨਾ ਹੋ ਜਾ। ਮਨੁੱਖ ਜਿੰਨਾ ਕਰਮ ਵੀ ਕਰ ਰਿਹਾ ਉਹਦੇ ਵਿੱਚ ਵੀ ਪਿੱਛੇ ਇੱਕ ਡਰ ਖੜਾ ਹੈ, ਤੇ ਜਿੰਨਾ ਧਰਮ ਕਰ ਰਿਹਾ ਉਹਦੇ ਪਿੱਛੇ ਵੀ ਡਰ ਖੜਾ, ਉਹ ਹੈ ਮੌਤ ਤੋਂ ਬਾਅਦ ਦਾ ਡਰ।
ਜਿਹਨੂੰ ਕਹਿੰਦੇ ਨੇ ਪਰਲੋਕ ਦਾ ਡਰ, ਕੁਝ ਲੋਕ ਦਾ ਡਰ ਕੁਝ ਪਰਲੋਕ ਦਾ ਡਰ। ਉਸ ਭੈ ਦੇ ਅਧੀਨ ਹੀ ਮਨੁੱਖ ਕਰਮ ਧਰਮ ਕਰ ਲਿਆ। ਕਿਹੜੀ ਅਜੀਬ ਗੱਲ, ਗੁਰੂ ਨੇ ਆਪਾਂ ਰੋਜ਼ਾਨਾ ਅਕਸਰ ਬੜਾ ਆਮ ਪ੍ਰਚਲਿਤ ਲਾਈਨ, ਲੋਕ ਸੁਖੀਏ ਪਰ ਲੋਕ ਸੁਹੇਲੇ, ਨਾ ਇੱਥੋਂ ਦਾ ਡਰ ਨਾ ਉੱਥੋਂ ਦਾ ਡਰ। ਜਦੋਂ ਪ੍ਰਭੂ ਨਾਲ ਮਿਲਦਾ ਹੈ ਨਾ ਮਨੁੱਖ, ਉਦੋਂ ਨਾ ਇੱਥੋਂ ਦਾ ਡਰ ਰਹਿੰਦਾ ਨਾ ਉੱਥੋਂ ਦਾ ਡਰ ਰਹਿੰਦਾ। ਹੇ ਮਾਲਕ, ਮੈਨੂੰ ਤੂੰ ਕੋਈ ਇਹੋ ਜਿਹੀ ਤਰਕੀਬ ਦੱਸ ਜਿਹਦੇ ਵਿੱਚ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲਦੇ, ਤਾਂ ਕਿ ਇਹ ਡਰ ਹੀ ਖਤਮ ਹੋ ਜਾਏ। ਜਾਂ ਤੇ ਭਗਤ ਰਾਮ ਕੀ ਪਾਵੇ ਜਮ ਕੋ ਤ੍ਰਾਸ। ਮੈਨੂੰ ਉਹ ਕਰਮ ਧਰਮ ਸਿਖਾ ਕਹਿਣ ਲੱਗੇ, ਕੌਣ ਕਰਮ ਗੁਰੂ ਤੇਗ ਬਹਾਦਰ ਸਾਹਿਬ, ਗਿਆਨ ਹਾਸਲ, ਵਿਦਿਆ ਗਿਆਨ ਹਾਸਲ ਕਰਾਂ, ਤੇ ਕਿਹੜਾ ਨਾਮ ਜਪਾਂ, ਧਰਮ ਕਿਹੜਾ ਕਰਾਂ, ਜਿਸ ਧਰਮ ਦੇ ਕਰਨ ਨਾਲ ਜਮ ਕੋ ਤ੍ਰਾਸ ਹਰੇ, ਗਤੀ ਮੁਕਤੀ ਹੋ ਜਾਏ। ਮੈਨੂੰ ਦੱਸ, ਜੇ ਨਾਮ ਜਪਣ ਦੀ ਗੱਲ ਕਰਨਾ ਤੇ ਮੈਨੂੰ ਇਹ ਵੀ ਦੱਸ ਦੇ ਨਾਮ ਕਿੰਦਾ ਜਪਾਂ, ਕਿਉਂਕਿ ਅੱਜ ਧਰਮ ਦੇ ਖੇਤਰ ਵਿੱਚ ਵੀ ਦੁਨੀਆਂ ਦੇ ਸਾਹਮਣੇ ਆ ਇੱਕ ਬਹੁਤ ਜ਼ਰੂਰੀ ਸਵਾਲਾਂ ਦੀ ਲਿਸਟ ਹੈ। ਕਰਮ ਕਿਹੜਾ ਕਰਾਂ, ਕਿਉਂਕਿ ਕਰਮ ਨੂੰ ਕਰਮ ਕਾਂਡ ਬਣਾ ਦਿੱਤਾ ਗਿਆ ਹੈ। ਵਿਦਿਆ ਇੱਕ ਚਾਨਣ ਸੀ, ਉਹਦੇ ਵਿੱਚ ਦੀਵੇ ਦੀ ਲਾਟ ਦੀ ਕਾਲਖ ਵਾਂਗੂ ਹੋਣ ਦੀ ਕਾਲਖ ਪੈਦਾ ਹੋ ਗਈ ਹੈ। ਗਿਆਨ ਨੂੰ ਅਗਿਆਨਤਾ ਬਣਾ ਦਿੱਤਾ ਗਿਆ ਹੈ, ਧਰਮ ਨਿਰਾ ਧੰਦਾ ਬਣ ਗਿਆ। ਕੀ ਕਰਾਂ, ਧਰਮ ਤਾਂ ਧੰਦਾ ਬਣ ਗਿਆ। ਆਹ ਚੀਜ਼ਾਂ ਗੁਰੂ ਆਪਣੀ ਰਸਨਾ ਤੋਂ ਇੱਕ ਸਵਾਲੀਆ ਫਿਕਰਾ ਬਣਾ ਕੇ ਇੱਕ ਲਿਸਟ ਦਿੰਦਾ। ਇਹ ਸਾਡੀ ਵੀ ਸਾਰਿਆਂ ਦੇ ਸਮਝਣ ਵਾਲੀ ਹੈ। ਅਸੀਂ ਧਰਮ ਸਥਾਨਾਂ 'ਤੇ ਕਿਸੇ ਵੀ ਜਾਣੀ ਅਜੇ ਤਾਂ ਗੱਲਾਂ ਸਮਝਣੀਆਂ। ਪ੍ਰਚਾਰਕਾਂ ਦਾ ਬੜਾ ਵੱਡਾ ਕਾਫਲਾ ਹੈ, ਉਹ ਇਸੇ ਲਈ ਤਾਂ ਬਣੇ ਨੇ। ਇਹ ਗੱਲਾਂ ਤਾਂ ਸਮਝਣੀਆਂ ਸਮਝਾਉਣੀਆਂ ਨੇ। ਕੌਣ ਕਰਮ, ਮੈਨੂੰ ਸਮਝ ਆ ਜਾਏ। ਵਿਦਿਆ ਕੋ ਕੈਸੀ, ਮੈਂ ਜਾਣ ਲਵਾਂ। ਧਰਮ ਕੌਣ, ਹੁਣ ਕਰੇ ਕੌਣ ਨਾਮ, ਗੁਰ ਜਾ ਕੇ ਸਿਮਰੇ ਭਵ ਸਾਗਰ ਕੋ ਤਰੀ। ਬਸ ਆਹ ਚਾਰ ਗੱਲਾਂ ਮੈਨੂੰ ਸਮਝਾ। ਹੁਣ ਅਗਲੀਆਂ ਦੋ ਲਾਈਨਾਂ, ਪਹਿਲੇ ਦੋ ਪਦ ਜਿਹੜੇ ਨੇ ਉਹ ਸਵਾਲ ਨੇ, ਅਗਲੇ ਦੋ ਪਦ ਜਵਾਬ ਨੇ। ਗੁਰੂ ਉਧਾਰ ਨਹੀਂ ਕਰਦਾ, ਸ਼ੰਕਿਆਂ ਵਿੱਚ ਸਿੱਖ ਨੂੰ ਨਹੀਂ ਰੱਖਦਾ, ਕਹਿੰਦਾ ਨਾ ਵੀ ਜਵਾਬ ਲੈ, ਨਿਰਸੰਕ ਹੋ ਕੇ ਜਾ ਗੁਰੂ ਕੋਲ। ਗੁਰੂ ਅਗਲੀਆਂ ਚਾਰ ਲਾਈਨਾਂ ਵਿੱਚ ਜਵਾਬ ਦੇ ਰਿਹਾ, ਉਤਸਾਹ ਉੱਚਾ ਕੱਢ ਕੇ ਕਹਿੰਦੀ, ਆਸਾ ਨੀਵਾਂ ਕਰਕੇ ਕਹਿੰਦੀ। ਇੱਕੋ ਦਾ ਨਾਮ ਤੇ ਏਕ ਨਾਮ, ਕਹਿਣ ਲੱਗੇ ਕਲ ਮੈਂ
ਕਿਰਪਾ ਨੇ ਜਾਏ ਜਪੇ ਗੱਤ ਪਾਵੇ ਇੱਕੋ ਦਾ ਨਾਮ ਪਿਛਲੇ ਦਿਨ ਅਰਜ਼ ਕੀਤੀ ਸੀ ਇੱਕ ਐਸਾ ਵੀ ਗ੍ਰੰਥ ਹੈ ਜਿਹਦੇ ਚ ਲਾਈਨ ਲੱਗ ਗਈ ਤੂੰ ਇਹਦਾ ਨਾਮ ਜਪ ਤੂੰ ਇਹਦਾ ਨਾਮ ਕਿੰਦਾ ਬਚੇ ਜਪ ਕੋਈ ਗੱਲਾਂ ਸਾਂਝੀਆਂ ਕਰਨੀਆਂ ਪੈਂਦੀਆਂ ਅਸੀਂ ਜਦੋਂ ਪੜ੍ਹਨੇ ਹਾਂ ਤੇ ਸਾਨੂੰ ਕੋਈ ਇਹ ਵੀ ਕਹਿੰਦਾ ਸਾਡੇ ਕੰਨਾਂ ਵਿੱਚ ਫੂਕ ਮਾਰਦਾ ਗੁੰਮਰਾਹ ਕਰਨ ਵਾਸਤੇ ਕਿ ਵਿਸ਼ਨੂੰ ਭਗਤ ਕੀ ਇਹ ਫਲ ਹੋਏ ਹੈ ਜੇ ਵਿਆਹੀਆਂ ਉਵਾਦੀਆਂ ਆਦੀਆਂ ਤੋਂ ਬਚਣਾ ਚਾਹੁੰਦੇ ਤਾਂ ਵਿਸ਼ਨੂੰ ਦੀ ਭਗਤੀ ਕਰ ਜਿਹਨੂੰ ਅਸੀਂ ਦਸਮ ਗੁਰੂ ਨਾਲ ਜੋੜੀ ਜਾਂਦੇ ਹਾਂ ਉਸ ਗ੍ਰੰਥ ਕਹਿੰਦਾ ਵਿਸ਼ਨੂੰ ਭਗਤ ਕੀ ਇਹ ਫਲ ਹੋਏ ਆਦ ਵਿਆਦ ਛੁਆ ਸਕੇ ਨਾ ਕੋਈ ਜਿਹਨੂੰ ਗੁਰੂ ਦਸਮ ਪਾਤਸ਼ਾਹ ਜੀ ਨਾਲ ਇੱਥੇ ਬਸ ਨਹੀਂ ਜਿਸ ਪੌੜੀ ਨੂੰ ਅਸੀਂ ਅਰਦਾਸ ਨਾਲ ਜੋੜੀ ਜਾਂਦੇ ਸਨ ਉਹ ਭਗਤ ਖਿਆਲ ਕਰਿਓ ਉਸ ਵਾਰ ਦੇ ਵੀ ਆਖਰੀ ਲਫਜ਼ੇ ਨੇ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫਿਰ ਨਾ ਜੋੜਨੀ ਆਇਆ ਜਿਹਨੇ ਇਹ ਗਾਇਆ ਜੇ ਜਨਮ ਮਰਨ ਤੋਂ ਰਹਿਤ ਹੋਣਾ ਤਾਂ ਦੁਰਗਾ ਦਾ ਜਪਨ ਕਰ ਉਹਦਾ ਗਾਇਨ ਕਰ ਫਿਰ ਤੇਰਾ ਜਨਮ ਮਰਨ ਮਿਟ ਜਾ ਕਿੱਡੀ ਅਜੀਬ ਗੱਲ ਮੈਂ ਹੈਰਾਨ ਹੁੰਦਾ ਵਿਸ਼ਨੂੰ ਦੇ ਸੰਬੰਧ ਵਿੱਚ ਜੋ ਜੋ ਕੁਝ ਲਿਖਦਾ ਬਹੁਤ ਸਾਰਾ ਕੁਝ ਕਹਿਣ ਵਾਲਾ ਹੈ ਪਰ ਮੈਂ ਅੱਗੇ ਵੀ ਥੋੜਾ ਥੋੜਾ ਕਰਕੇ ਤੁਹਾਡੇ ਨਾਲ ਸਾਂਝਾ ਕਰਦਾ ਰਹਿੰਦਾ ਉਸੇ ਗ੍ਰੰਥ ਵਿੱਚ ਕਿ ਦੇਵਤਾ ਤੇ ਰਾਕਸ਼ਾਂ ਦਾ ਆਪਸ ਵਿੱਚ ਯੁੱਧ ਹੋ ਰਿਹਾ ਹੈ ਦੇਵਤੇ ਰਾਕਸ਼ਾਂ ਨੂੰ ਮਾਰਨਾ ਚਾਹੁੰਦੇ ਨੇ ਉਹਨਾਂ ਰਾਕਸ਼ਾਂ ਵਿੱਚ ਇੱਕ ਜਲੰਧਰ ਨਾਮ ਦਾ ਰਾਕਸ਼ਸ ਹੈ ਜਿਹੜਾ ਦੇਵਤਿਆਂ ਕੋਲੋਂ ਮਰਨੇ ਗਿਆ ਉਸੇ ਗ੍ਰੰਥ ਵਿੱਚ ਜਲੰਧਰ ਨਾਮ ਦਾ ਰਾਕਸ਼ਸ ਹੈ ਜਿਹੜਾ ਮਰ ਨਹੀਂ ਰਿਹਾ ਦੇਵਤਿਆਂ ਕੋਲੋਂ ਆਪਸ ਵਿੱਚ ਬੈਠ ਕੇ ਮੀਟਿੰਗ ਕਰਦੇ ਨੇ ਇਹਨੂੰ ਕਿਵੇਂ ਮਾਰਿਆ ਜਾਏ ਇੱਕ ਕਹਿੰਦਾ ਉਹ ਇਸ ਲਈ ਨਹੀਂ ਮਾਰ ਰਿਹਾ ਕਿਉਂਕਿ ਉਹਦੀ ਪਤਨੀ ਪਤਵ੍ਰਤਾ ਹੈ ਅਤੇ ਪਤਵ੍ਰਤਾ ਧਰਮ ਦੀ ਸ਼ਕਤੀ ਉਹਦੇ ਕੋਲ ਆਪਣੇ ਮਾਲਕ ਨੂੰ ਮਰਨ ਨਹੀਂ ਦਿੰਦੀ ਉਹ ਵਿਧਵਾ ਨਹੀਂ ਹੋਣਾ ਚਾਹੁੰਦੀ ਇਸ ਲਈ ਮਾਲਕ ਨੂੰ ਮਰਨ ਨਹੀਂ ਦਿੰਦੀ ਜਿੰਨੀ ਦੇਰ ਉਹਦਾ ਪਤਵ੍ਰਤਾ ਧਰਮ ਨਹੀਂ ਖਤਮ ਹੁੰਦਾ ਉਹ ਸ਼ਕਤੀ ਨਹੀਂ ਖਤਮ ਹੁੰਦੀ ਤੁਸੀਂ ਜਲੰਧਰ ਨੂੰ ਮਾਰ ਨਹੀਂ ਸਕਦੇ ਵਿਸ਼ਨੂੰ ਜਿਹਦੇ ਬਾਰੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਂ ਨਾਲ ਜੋੜ ਕੇ ਅਸੀਂ ਆਪਣੀਆਂ ਰਹਿਰਾਸਾਂ ਵਿੱਚ ਪੜ੍ਹ ਰਹੇ ਹਾਂ ਅੱਜ ਤੁਸੀਂ ਰਹਿਰਾਸ ਦਮਦਮੀ ਟਕਸਾਲ ਦੀ ਰਹਿਰਾਸ ਨਾਨਕ ਸਰੀਆਂ ਦੀ ਕੱਢ ਕੇ ਇੱਥੋਂ ਉੱਠ ਕੇ ਮਿਲ ਜਾਂਦੇ ਨੇ ਮੈਂ ਕਹਿੰਦਾ ਉਹਦੇ ਵਿੱਚ ਇਹ ਲਫ਼ਜ਼ ਪੜ੍ਹੇ ਜਾ ਰਹੇ ਨੇ ਵਿਸ਼ਨੂੰ ਭਗਤ ਕੀ ਇਹ ਫਲ ਹੋਈ ਆਦ ਵਿਆਸ ਕਹਿ ਸਕੇ ਨਾ ਕੋਈ ਜਿਸ ਦੀ ਭਗਤੀ ਦੇ ਇਹ ਮਹਾਨਤਾ ਦੱਸੀ ਜਾ ਰਹੀ ਹੈ ਉਸ ਉਸੇ ਗ੍ਰੰਥ ਵਿੱਚ ਉਸੇ ਵਿਸ਼ਨੂੰ ਬਾਰੇ ਇਹ ਲਿਖਿਆ ਕਿ ਵਿਸ਼ਨੂੰ ਉਸ ਮੀਟਿੰਗ ਵਿੱਚ ਬੋਲਦਾ ਕਹਿੰਦਾ ਡਿਊਟੀ ਮੇਰੀ ਦਿਓ ਮੈਂ ਉਸ ਪਤਵ੍ਰਤਾ ਦਾ ਪਤੀ ਦਾ ਧਰਮ ਜਿਹੜਾ ਹੈ ਉਹ ਖਤਮ ਕਰਾਂਗਾ ਉਹ ਡਿਊਟੀ ਵਿਸ਼ਨੂੰ ਦਿੰਦਾ ਤੇ ਰਾਕਸ਼ਸ ਜਲੰਧਰ ਦਾ ਰੂਪ ਧਾਰਨ ਕਰਕੇ ਹੈ ਦੇਵਤਿਆਂ ਦੀ ਸ਼ਕਤੀ ਇਸ ਲਈ ਹੈ ਦੇਵਤਾ ਉਸਨੂੰ ਕਹਿੰਦੇ ਨੇ ਗੁਰੂ ਵੀ ਦੇਵਤਾ ਬਣਾਉਂਦਾ ਹੈ ਗੁਰੂ ਵੀ ਦੇਵਤਾ ਬਣਾਉਂਦਾ ਹੈ ਹਰੀ ਸਿੰਘ ਨਲੂਏ ਵਰਗਾ ਜਿੱਥੇ ਕੋਈ ਅਚਰਨਹੀਨ ਆ ਕੇ ਅਚਰਨਹੀਨਤਾ ਝੋਲੀ ਪਾਉਣਾ ਚਾਹੇ ਤੇ ਠੁਕਰਾ ਦੇਵੇ ਗੁਰੂ ਨੇ ਵੀ ਨਹੀਂ ਆਖਿਆ ਜਿਨ ਮਾਨਸ ਤੇ ਦੇਵਤੇ ਕੀ ਕਰਤਨਾ ਦਾ ਵਿਵਹਾਰ ਗੁਰੂ ਵੀ ਬਣਾਉਂਦਾ ਪਰ ਇੱਕ ਉਹ ਦੇਵਤੇ ਨੇ ਜਿਹੜੇ ਕਹਿੰਦੇ ਨੇ ਕਿਸੇ ਦੀ ਪਤਵ੍ਰਤਾ ਧਰਮ ਦੀ ਸ਼ਕਤੀ ਜਿਹੜੀ ਉਹ ਮੈਂ ਖਤਮ ਕਰਾਂਗਾ ਜਲੰਧਰ ਦਾ ਰੂਪ ਧਾਰਨ ਕਰਦਾ ਉਸ ਪਤਵ੍ਰਤਾ ਕੋਲ ਜਾਂਦਾ ਤੇ ਉਹਦੀ ਸ਼ਕਤੀ ਤਬਾਹ ਕਰਦਾ ਉਹਦਾ ਪਤਵ੍ਰਤ ਧਰਮ
ਬਰਬਾਦ ਕਰਦਾ ਹੈ। ਤੇ ਭਲਾ ਸਾਨੂੰ ਗੁਰੂ ਇਹ ਆਖ ਸਕਦਾ ਕਿ ਵਿਸ਼ਨ ਭਗਤੀ ਇਹ ਫਲ ਹੋਈ ਆ ਮੈਂ ਛੱਸੇ ਕਿ ਨੂੰ ਭਰਿਓ ਆਪਣੇ ਗੁਰੂ ਜਿਹਦੇ ਕੋਲ ਨਿਰੀ ਨਿਰੁਲਤਾ ਹੈ ਨਿਰੀ ਨਿਰਛਲਤਾ ਹੈ ਜਿਹਦਾ ਪਵਿੱਤਰ ਦਾਮਨ ਹੈ ਉਹਦੇ ਦਾਮਨ ਨੂੰ ਦਾਗ ਨਾ ਲਾਓ। ਪੜ੍ਹ ਲਓ ਉਸ ਗ੍ਰੰਥ ਨੂੰ ਪੜ੍ਹ ਲਓ ਦੱਸ ਪੜ੍ਹਾ ਸਕਦਾ। ਉਸ ਤੋਂ ਬਾਅਦ ਉਸ ਜਲੰਧਰ ਰਾਕਸ਼ਸ ਨੂੰ ਦੇਵਤੇ ਮਾਰਦੇ ਨੇ ਉਸਦਾ ਪਾਤਰਤਾ ਧਰਮ ਖਤਮ ਕਰਕੇ। ਸਾਡੀਆਂ ਰਸਮ ਵਿੱਚ ਪੜ੍ਹਿਆ ਜਾ ਰਿਹਾ ਵਿਸ਼ਨ ਭਗਤ ਕੀ ਹੈ ਫਲ ਹੋਈ ਆਦਿ ਵਿਆਹ ਛਾ ਸਕੇ ਨਾ ਕੋਈ ਪਰ ਪੜ੍ਹਿਓ ਇੱਕ ਗੱਲ ਸਮਝਿਓ ਇੱਕ ਗ੍ਰੰਥ ਤੁਹਾਨੂੰ ਆਖੇ ਵਿਸ਼ਨ ਭਗਤ ਕੀ ਹੈ ਫਲ ਹੋਈ ਨਾਲੇ ਕਹਾਣੀ ਸੁਣਾਏ ਅਤੇ ਦੂਜਾ ਗ੍ਰੰਥ ਤੁਹਾਨੂੰ ਆਖੇ ਕੱਲ ਮੈਂ ਇੱਕ ਨਾਮ ਕਿਰਪਾ ਨੇ ਤੇ ਜਾਏ ਜਪੇ ਕਥ ਪਾ ਦੇ ਕਿਉਂਕਿ ਮੰਨੋਗੇ ਗੱਲ ਤਾਂ ਸਿਰਫ ਸਾਡੇ ਮੰਨਣ ਦੀ ਇੱਕ ਗ੍ਰੰਥ ਉਹ ਹੈ ਇੱਕ ਗ੍ਰੰਥ ਇਹ ਹੈ ਜਿਹੜਾ ਤੁਹਾਨੂੰ ਮੁਖਾਤਬ ਕਰਕੇ ਕਹਿੰਦਾ ਹੈ ਸਾਡੇ ਨਾਲ ਇਹ ਫਰੇਬ ਕਿਵੇਂ ਹੋ ਰਿਹਾ ਹੈ
ਅਸੀਂ ਕਿਵੇਂ ਇਸ ਫਰੇਮ ਦੇ ਚੱਕਰ ਵਿੱਚ ਆਪਣੇ ਜੀਵਨ ਦੇ ਕੀਮਤੀ ਸਮਾਂ ਬਰਬਾਦ ਕਰ ਰਹੇ ਹਾਂ। ਗੁਰੂ ਕਹਿੰਦੇ ਨੇ ਉਹ ਪ੍ਰਭੂ ਜਿਹੜਾ ਹੈ ਕਿਉਂਕਿ ਉਹ ਦੇਹ ਨਹੀਂ, ਇਸ ਵਾਸਤੇ ਉਹ ਸੁੱਖ ਦੁੱਖ ਰਹਿਤ ਹੈ। ਇਹੋ ਕਾਰਨ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇੱਕ ਹੋਰ ਸ਼ਬਦ ਨੇ ਇਸ ਨੂੰ ਚੰਗੀ ਤਰ੍ਹਾਂ ਖੁਲਾਸਾ ਕਰਕੇ ਕਹਿ ਦਿੱਤਾ। ਕਹਿਣ ਲੱਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਭੈ ਨਹੀਂ ਜਾਣ ਕੇ, ਕੰਚਨ ਮਾਟੀ ਮਾਨੇ ਨਾ ਨਿੰਦਿਆ ਨਾ ਉਸਤੁਤ ਜਾਣ ਕੇ, ਲੋਭ ਮੋਹ ਅਭਿਮਾਨਾ ਹਰ ਸੋਗ ਤੇ ਰਹੇ ਨਿਆਰੋ, ਨਾ ਹੀ ਮਾਨ ਅਪਮਾਨਾ। ਹੁਣ ਅਗੀ ਰਹਿਣ ਪੜੋ, ਆਸਾ ਮਨਸਾ ਸਗਲ ਤਿਆਗੇ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਅਸੈ ਨਾਇਣ ਤੈ ਘਟ ਬ੍ਰਹਮਤਾ ਹੋ ਬ੍ਰਹਮ ਰੂਪ ਹੋ ਗਿਆ ਤੈ ਘਟ ਬ੍ਰਹਮ ਨਿਵਾਸ। ਕਹਿਣ ਲੱਗੇ ਬ੍ਰਹਮ ਦੀ ਨਿਸ਼ਾਨੀ ਹੈ ਉੱਥੇ ਸੁੱਖ ਦੁੱਖ ਕੋਈ ਨਹੀਂ। ਕਿਸੇ ਤੀਰਥ ਤੇ ਗਿਆ, ਕਿਸੇ ਸਰੋਵਰ ਵਿੱਚ ਇਸ਼ਨਾਨ ਕੀਤੇ, ਕਿਸੇ ਵਰਤ ਰੱਖੇ? ਕਹਿਣ ਲੱਗੇ ਬਿਲਕੁਲ ਨਹੀਂ। ਸੋ ਤੂੰ ਨਿਰੰਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਫੈਸਲਾ ਹੈ। ਉਹ ਭਾਇਆ ਐਵੇਂ ਤੀਰਥਾਂ ਤੇ ਭਟਕਦਾ ਫਿਰਨਾ, ਉਹ ਤਾਂ ਤੇਰੇ ਅੰਦਰ ਬੈਠਾ। ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰਿਆ ਗੂੜਾ, ਨਾਲ ਹੋਵੰਦਾ ਲਹੇ ਨਾ ਸਕੰਦਾ। ਉਹ ਤੇਰੇ ਨਾਲ ਲਹਿੰਦਾ ਹੀ ਨਹੀਂ, ਉਹ ਦੂਰ ਜਾਂਦਾ ਹੀ ਨਹੀਂ। ਕਹਿਣ ਲੱਗੇ, ਸੋ ਤੂੰ ਹੀ ਮੈਂ ਬਸੇ ਨਿਰੰਤਰ। ਤੀ ਦੇਖਾਂ ਕਿਵੇਂ, ਹਰ ਗੱਲ ਦਾ ਜਵਾਬ ਬਾਣੀ ਵਿੱਚ। ਕਹਿੰਦੇ ਦੇਖਾਂ ਕਿਵੇਂ? ਕਹਿਣ ਲੱਗੇ, ਜਦੋਂ ਤੂੰ ਆਪਣੇ ਆਪ ਤੇ ਝਾਤੀ ਮਾਰੇਗਾ ਨਾ, ਜਿਵੇਂ ਸ਼ੀਸ਼ੇ ਵਿੱਚ ਮਨੁੱਖ ਆਪਣੇ ਆਪ ਤੇ ਝਾਤੀ ਮਾਰਦਾ ਹੈ। ਉਹ ਕੁਛ ਵੀ ਸ਼ੀਸ਼ੇ ਵਿੱਚ ਬੰਦਾ ਥੋੜਾ ਬੈਠਾ ਹੁੰਦਾ, ਦਰਪਣ ਕਹਿੰਦੇ ਸ਼ੀਸ਼ੇ ਨੂੰ, ਜਿਵੇਂ ਸ਼ੀਸ਼ੇ ਵਿੱਚ ਝਾਕੀ ਮਾਰਨ ਦੀ ਦੇਰ ਹੈ, ਤੁਹਾਨੂੰ ਕੁਝ ਦਿਸਦਾ ਹੈ, ਕੋਈ ਪਰਛਾਈ ਦਿਸਦੀ ਹੈ ਜਿਹੜੀ ਤੇਰੇ ਹੀ ਰੂਪ ਵਿੱਚ ਦਿਸਦੀ ਹੈ, ਤੈਨੂੰ ਵੱਖਰਾ ਰੂਪ ਲੈਣ ਦੀ ਲੋੜ ਨਹੀਂ ਕਰਨੀ। ਕਹਿਣ ਲੱਗੇ, ਮੇਰਾ ਰੱਬ ਇਉਂ ਤੇਰੇ ਅੰਦਰ ਵਸਦਾ ਹੈ, ਜਿਸ ਦਿਨ ਤੂੰ ਅੰਦਰ ਝਾਤ ਪਾਏਗਾ ਨਾ, ਉਸ ਦਿਨ ਉਸ ਦਰਪਣ ਦੀ ਤਰ੍ਹਾਂ ਤੈਨੂੰ ਸਾਹਮਣੇ ਦਿਸੇਗਾ, ਸ਼ੀਸ਼ੇ ਦੀ ਤਰ੍ਹਾਂ। ਕਹਿਣ ਲੱਗੇ, ਆਹ
Thank you.